ਪ੍ਰੇਜ਼ ਦਾ ਲੋਰਡ ਸਾਰੇ ਮਸੀਹੀ ਭੈਣ ਭਰਾਵਾਂ ਨੂੰ ਪ੍ਰਭੂ ਯੀਸ਼ੂ ਨਾਸਰੀ ਦੇ ਸਮਰਥੀ ਨਾਮ ਦੇ ਵਿੱਚ ਜੈ ਮਸੀਹ ਦੀ। ਮੇਰੇ ਪ੍ਰੀਓ, ਅੱਜ ਜੋ ਵਚਨ ਖੁਦਾਵੰਨ ਨੇ ਸਾਨੂੰ ਦਿੱਤਾ ਹੈ ਉਹ ਵਚਨ ਬਹੁਤ ਹੀ ਆਲਾ ਹੈ। ਵਚਨ ਤੇ ਸਾਰੇ ਹੀ ਬਹੁਤ ਸਮਰਥੀ ਹਨ। ਪੂਰੀ ਬਾਈਬਲ ਸਮਰਥੀ ਵਚਨਾਂ ਨਾਲ ਭਰੀ ਹੋਈ ਹੈ, ਪਰ ਅੱਜ ਦਾ ਜੋ ਵਚਨ ਖੁਦਾਵੰਨ ਨੇ ਸਾਨੂੰ ਦਿੱਤਾ ਹੈ, ਜਦੋਂ ਉਹ ਵਚਨ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਮੈਂ ਉਮੀਦ ਕਰਦੀ ਹਾਂ ਕਿ ਉਹ ਤੁਹਾਡੇ ਦਿਲਾਂ ਨੂੰ ਜ਼ਰੂਰ ਛੂਏਗਾ। ਹਾਲੇਲੂਇਆ। ਸੋ ਮੇਰੇ ਪ੍ਰੀਓ, ਵਚਨਾਂ ਵਿੱਚ ਜਾਣ ਤੋਂ ਪਹਿਲਾਂ ਅਸੀਂ ਖੁਦਾਵੰਦ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ। ਆਈਏ, ਤੁਸੀਂ ਵੀ ਮੇਰੇ ਨਾਲ ਪ੍ਰਾਰਥਨਾ ਕਰੋ। ਧੰਨਵਾਦ ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਸਮੇਂ ਦੇ ਲਈ ਖੁਦਾਵੰਦ, ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਕਿ ਤੁਸੀਂ ਸਾਨੂੰ ਅੱਜ ਜੋ ਵਚਨ ਦਿੱਤਾ। ਹੇ ਖੁਦਾਵੰਦ ਪਿਤਾ ਪਰਮੇਸ਼ਵਰ, ਤੁਹਾਡੇ ਵਚਨ ਸਾਡੇ ਅੰਦਰ ਠਹਿਰਨ ਪਿਤਾ ਪਰਮੇਸ਼ਵਰ, ਅਤੇ ਅਸੀਂ ਇਹਨਾਂ ਵਚਨਾਂ 'ਤੇ ਚੱਲ ਸਕੀਏ। ਤੁਹਾਡਾ ਪਵਿੱਤਰ ਆਤਮਾ ਸਾਡੀ ਸਹਾਇਤਾ ਕਰੇ ਪਿਤਾ ਪਰਮੇਸ਼ਵਰ, ਵੈਰੀ ਦੀ ਕੋਈ ਵੀ ਚਾਲ ਇਹਨਾਂ ਵਚਨਾਂ ਨੂੰ ਚੁਰਾ ਨਾ ਪਾਏ ਪਿਤਾ ਪਰਮੇਸ਼ਵਰ। ਅੱਜ ਉਹ ਸਾਰੇ ਭੈਣ ਭਰਾ ਮਿਲ ਕੇ ਅਸੀਂ ਇਸ ਪ੍ਰਾਰਥਨਾ ਵਿੱਚ ਬੈਠੇ ਹਾਂ ਪਿਤਾ ਪਰਮੇਸ਼ਵਰ, ਜਿਸ ਵੀ ਕਿਸੇ ਮਸੀਹੀ ਭੈਣ ਭਰਾ ਦੇ ਘਰ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ, ਹੇ ਪਿਤਾ ਪਰਮੇਸ਼ਵਰ, ਤੁਸੀਂ ਜਾਣਦੇ ਹੋ ਉਹਨਾਂ ਸਮੱਸਿਆਵਾਂ, ਮੁਸ਼ਕਲਾਂ ਨੂੰ, ਬਿਮਾਰੀਆਂ ਨੂੰ ਤੁਸੀਂ ਦੂਰ ਕਰਨਾ ਪਿਤਾ ਪਰਮੇਸ਼ਵਰ। ਹੇ ਖੁਦਾਵੰਦ, ਤੁਹਾਡਾ ਪਵਿੱਤਰ ਆਤਮਾ ਸਾਨੂੰ ਸਪਰਸ਼ ਕਰੇ ਅਤੇ ਸਾਨੂੰ ਸਹੀ ਰਸਤਿਆਂ 'ਤੇ ਚੱਲਣਾ ਸਿਖਾਏ। ਹੇ ਖੁਦਾਵੰਦ ਪਿਤਾ ਪਰਮੇਸ਼ਵਰ, ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਹੋਏ ਅਸੀਂ ਇਹਨਾਂ ਵਚਨਾਂ ਨੂੰ ਪੜ੍ਹਦੇ ਹਾਂ। ਇਹ ਵਚਨ ਸਾਡੇ ਅੰਦਰ ਠਹਿਰਨ ਅਤੇ ਅਸੀਂ ਇਹਨਾਂ ਵਚਨਾਂ ਨੂੰ ਸਮਝ ਸਕੀਏ। ਇਹੀ ਪ੍ਰਾਰਥਨਾ ਅਸੀਂ ਪ੍ਰਭੂ ਯੀਸ਼ੂ ਨਾਸਰੀ ਦੇ ਸਮਰਥੀ ਨਾਮ ਵਿੱਚ ਮੰਗਦੇ ਹਾਂ ਅਤੇ ਪਾ ਲੈਂਦੇ ਹਾਂ। ਆਮੇਨ, 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 ਹਾਲੇਲੂਇਆ। ਸੋ ਮੇਰੇ ਪ੍ਰੀਓ, ਅੱਜ ਦਾ ਜੋ ਵਚਨ ਹੈ ਉਹ ਪੌਲਸ ਦੀ ਪੱਤਰੀ ਅਫੀਸੀਆਂ ਨੂੰ ਅਧਿਆਏ ਨੰਬਰ 5 ਅਤੇ ਵਚਨ ਨੰਬਰ 1-2 ਤੱਕ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਤੁਸੀਂ ਆਪਣੀ ਬਾਈਬਲ ਜ਼ਰੂਰ ਖੋਲ੍ਹਿਆ ਕਰੋ, ਬਾਈਬਲ ਜ਼ਰੂਰ ਪੜ੍ਹਿਆ ਕਰੋ, ਅਤੇ ਇਹ ਵਚਨ ਜਦੋਂ ਵੀ ਮੈਂ ਪੜ੍ਹਦੀ ਹਾਂ ਤੁਸੀਂ ਇਹ ਵਚਨ ਜ਼ਰੂਰ ਪੜ੍ਹਿਆ ਕਰੋ ਆਪਣੀ ਬਾਈਬਲ ਖੋਲ੍ਹ ਕੇ। ਹਾਲੇਲੂਇਆ। ਆਈ ਅਸੀਂ ਵਚਨ ਸ਼ੇਅਰ ਕਰਦੇ ਹਾਂ। ਜੋ ਤੁਸੀਂ ਪਿਆਰਿਆਂ ਪੁੱਤਰਾਂ ਵਾਂਗੂ ਪਰਮੇਸ਼ਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ, ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਭੇਟ ਅਤੇ ਬਲੀਦਾਨ ਕਰਕੇ ਧੂਫ ਦੀ ਸੁਗੰਧ ਲਈ ਦੇ ਦਿੱਤਾ। ਹਾਲੇਲੂਇਆ। ਸੋ ਮੇਰੇ ਪ੍ਰੀਓ, ਇਹ ਵਚਨ ਜੋ ਹੈ ਇਹ ਸਾਡੇ ਹਿਰਦਿਆਂ ਨੂੰ ਛੂਹਣ ਵਾਲਾ ਵਚਨ ਹੈ। ਜਦੋਂ ਵੀ ਅਸੀਂ ਪ੍ਰੇਮ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਬਹੁਤ ਹੀ ਅਲੱਗ ਅਲੱਗ ਰੂਪਾਂ ਵਿੱਚ ਪ੍ਰੇਮ ਦੀਆਂ ਤਸਵੀਰਾਂ ਆ ਕੇ ਖੜੀਆਂ ਹੋ ਜਾਂਦੀਆਂ ਹਨ। ਪਰ ਮੇਰੇ ਪ੍ਰੀਓ, ਜਦੋਂ ਅਸੀਂ ਖੁਦਾਵੰਦ ਦੇ ਪ੍ਰੇਮ ਬਾਰੇ ਸੋਚਦੇ ਹਾਂ ਤਾਂ ਅਸੀਂ ਸਵਾਰਥੀ ਹੋ ਜਾਂਦੇ ਹਾਂ। ਅਸੀਂ ਸੋਚਦੇ ਹਾਂ ਕਿ ਅਗਰ ਅਸੀਂ ਜੋ ਮੰਗਾਂਗੇ ਉਹ ਸਾਨੂੰ ਮਿਲੇਗਾ ਤੇ ਅਸੀਂ ਖੁਦਾਵੰਦ ਦੀ ਹਜ਼ੂਰੀ 'ਚ ਜਾਵਾਂਗੇ। ਅਸੀਂ ਪ੍ਰਭੂ ਯੀਸ਼ੂ ਨੂੰ ਗ੍ਰਹਿਣ ਤਦ ਕਰਾਂਗੇ ਅਗਰ ਸਾਡੀ ਮਨ ਦੀ ਇੱਛਾ ਪੂਰੀ ਹੋਵੇਗੀ। ਪਰ ਪ੍ਰੀਓ, ਇਹ ਪਿਆਰ ਜੋ ਹੈ ਇਹ ਸਵਾਰਥੀ ਹੈ। ਸਾਨੂੰ ਸਵਾਰਥੀ ਪ੍ਰੇਮ ਪ੍ਰਭੂ ਨਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਪ੍ਰਭੂ ਨੇ ਆਪਣਾ ਪਿਆਰ ਜੋ ਸਾਡੇ ਲਈ ਦਰਸਾਇਆ ਹੈ ਉਹ ਉਹਨਾਂ ਨੇ ਕਰੂਸ ਉਠਾਇਆ ਹੈ, ਆਪਣੀ ਜਾਨ ਦਿੱਤੀ ਹੈ, ਆਪਣਾ ਲਹੂ ਬਹਾਇਆ ਹੈ। ਤੇ ਸਾਨੂੰ ਕੋਈ ਵੀ ਸਵਾਰਥੀ ਭਾਵਨਾ ਮਨ ਵਿੱਚ ਰੱਖ ਕੇ ਪ੍ਰਭੂ ਦੀ ਹਜ਼ੂਰੀ 'ਚ ਨਹੀਂ ਬੈਠਣਾ ਚਾਹੀਦਾ, ਕਿਉਂਕਿ ਉਹ ਸਭ ਕੁਝ ਜਾਣਦੇ ਨੇ। ਉਹ ਸਾਡੀ ਹਰ ਤਕਲੀਫ ਮੁਸ਼ਕਲ ਨੂੰ ਜਾਣਦੇ ਨੇ ਔਰ ਉਹ ਸਾਨੂੰ ਹਰ ਮੁਸ਼ਕਲ ਵਿੱਚੋਂ ਉਭਾਰਦੇ ਨੇ। ਪਰ ਸਾਨੂੰ ਆਪਣਾ ਮਨ ਸਾਫ਼ ਕਰਕੇ ਪ੍ਰਭੂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਨਾਮ ਦੀ ਮਹਿਮਾ ਕਰਨੀ ਚਾਹੀਦੀ ਹੈ ਅਤੇ ਹਰ ਜਨ ਤੱਕ ਕਰੂਸ ਦੀ ਕਹਾਣੀ ਪਹੁੰਚਾਉਣੀ ਚਾਹੀਦੀ ਹੈ, ਸ਼ੁਭ ਸਮਾਚਾਰ ਸਾਰਿਆਂ ਤੱਕ ਪਹੁੰਚਾਉਣਾ ਚਾਹੀਦਾ ਹੈ ਬਿਨਾਂ ਕਿਸੇ ਸਵਾਰਥ ਭਾਵਨਾ ਤੋਂ। ਹਾਲੇਲੂਇਆ। ਕਿਉਂਕਿ ਪ੍ਰਭੂ ਦਾ ਵਚਨ ਸਾਨੂੰ ਸਾਫ਼ ਸਾਫ਼ ਕਹਿੰਦਾ ਹੈ ਕਿ ਸਾਨੂੰ ਪੁੱਤਰਾਂ ਦੀ ਤਰ੍ਹਾਂ, ਜਿਸ ਤਰ੍ਹਾਂ ਅਸੀਂ ਆਪਣੇ ਮਾਤਾ ਪਿਤਾ ਨੂੰ ਪ੍ਰੇਮ ਕਰਦੇ ਹਾਂ, ਉਹ ਤੋਂ ਵੀ ਵੱਧ ਕੇ ਸਾਨੂੰ ਖੁਦਾਵੰਦ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਕਿਉਂਕਿ ਜਦੋਂ ਵੀ ਅਸੀਂ ਆਪਣੇ ਮਾਤਾ ਪਿਤਾ, ਭੈਣ ਭਰਾ ਨੂੰ ਜਾਂ ਕਿਸੇ ਵੀ ਰਿਸ਼ਤੇ ਵਿੱਚ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਸਾਡੇ ਦਿਲਾਂ ਵਿੱਚ ਜ਼ਰੂਰ ਕੋਈ ਨਾ ਕੋਈ ਸਵਾਰਥ ਹੁੰਦਾ ਹੈ। ਹਾਲੇਲੂਇਆ। ਪਰ ਪ੍ਰਭੂ ਯੀਸ਼ੂ ਦੇ ਪਿਆਰ ਵਿੱਚ ਕੋਈ ਸਵਾਰਥ ਨਹੀਂ ਸੀ।
ਤੇ ਨਾ ਹੀ ਅੱਜ ਉਹਨਾਂ ਦੇ ਪਿਆਰ ਵਿੱਚ ਕੋਈ ਸਵਾਰਥ ਹੈ। ਖੁਦਾਵੰਦ ਪਿਤਾ ਪਰਮੇਸ਼ਵਰ ਯਹੋਵਾ ਦੇ ਪਿਆਰ ਵਿੱਚ ਕੋਈ ਸਵਾਰਥ ਨਹੀਂ ਹੈ। ਉਹ ਸਾਨੂੰ ਹਮੇਸ਼ਾ ਆਨੰਦਿਤ ਦੇਖਣਾ ਚਾਹੁੰਦੇ ਨੇ। ਉਹ ਸਾਨੂੰ ਸ਼ੈਤਾਨ ਦੀ ਹਰ ਚਾਲ ਤੋਂ ਵਾਕਫ ਕਰਾਉਂਦੇ ਹੋਏ ਸਾਨੂੰ ਉਹਨਾਂ ਉਹਦੀ ਹਰ ਚਾਲ ਤੋਂ ਬਾਹਰ ਕੱਢਦੇ ਨੇ। ਹਾਲੇਲੂਇਆ, ਕਿਉਂਕਿ ਉਹ ਸਾਨੂੰ ਪਿਆਰ ਕਰਦੇ ਨੇ। ਸੋ ਮੇਰੇ ਪ੍ਰੀਓ, ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਨਿਰਸਵਾਰਥ ਪ੍ਰੇਮ ਪ੍ਰਭੂ ਨਾਲ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਹਜ਼ੂਰੀ ਵਿੱਚ ਜਾ ਕੇ ਉਹਨਾਂ ਦੀ ਮਹਿਮਾ ਕਰਨੀ ਚਾਹੀਦੀ ਹੈ, ਉਹਨਾਂ ਦੇ ਵਚਨਾਂ 'ਤੇ ਚੱਲਣਾ ਚਾਹੀਦਾ ਹੈ। ਹਾਲੇਲੂਇਆ, ਕਿਉਂਕਿ ਪ੍ਰੇਮ 'ਤੇ ਹਰ ਧਰਮ ਗ੍ਰੰਥ ਵਿੱਚ ਦਰਸਾਇਆ ਗਿਆ ਹੈ ਕਿ ਸਾਨੂੰ ਨਿਰਸਵਾਰਥ ਪ੍ਰੇਮ ਹੀ ਰੱਖਣਾ ਚਾਹੀਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿਉਂਕਿ ਪ੍ਰੇਮ ਤੋਂ ਬਿਨਾਂ ਅਸੀਂ ਪਰਮੇਸ਼ਵਰ ਨੂੰ ਨਹੀਂ ਪਾ ਸਕਦੇ। ਅਸੀਂ ਲਾਲਚ ਦਿਲ ਵਿੱਚ ਰੱਖ ਕੇ ਖੁਦਾਵੰਦ ਨੂੰ ਨਹੀਂ ਪਾ ਸਕਦੇ। ਸੋ ਇਸ ਕਰਕੇ ਸਾਨੂੰ ਪ੍ਰੇਮ ਦੀ ਅਹਿਮੀਅਤ ਨੂੰ ਜਾਣਦੇ ਹੋਏ ਨਿਰਸਵਾਰਥ ਪ੍ਰੇਮ ਸਾਨੂੰ ਖੁਦਾਵੰਦ ਦੇ ਨਾਲ ਕਰਨਾ ਚਾਹੀਦਾ ਹੈ। ਇਸ ਕਰਕੇ ਮੇਰੇ ਪ੍ਰੀਓ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਹ ਵਚਨ ਸੁਣਿਆ, ਔਰ ਮੈਂ ਉਮੀਦ ਵੀ ਕਰਦੀ ਹਾਂ ਕਿ ਤੁਸੀਂ ਇਸ ਵਚਨ 'ਤੇ ਜ਼ਰੂਰ ਚੱਲੋਗੇ, ਆਪਣੇ ਦਿਲ ਵਿੱਚ ਤੁਸੀਂ ਨਿਰਸਵਾਰਥ ਪ੍ਰੇਮ ਰੱਖੋਗੇ। ਸਿਰਫ ਪਿਤਾ ਪਰਮੇਸ਼ਵਰ ਜਾਂ ਪ੍ਰਭੂ ਯਿਸੂ ਮਸੀਹ ਦੇ ਲਈ ਹੀ ਨਹੀਂ, ਬਲਕਿ ਸਾਨੂੰ ਹਰ ਇੱਕ ਜਨ ਨਾਲ, ਇੱਕ ਦੂਸਰੇ ਦੇ ਨਾਲ ਨਿਰਸਵਾਰਥ ਪ੍ਰੇਮ ਭਾਵਨਾ ਰੱਖਣੀ ਚਾਹੀਦੀ ਹੈ। ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਸਾਨੂੰ ਉਹਨਾਂ ਦੇ ਬਦਲੇ ਉਹਨਾਂ ਕੋਲੋਂ ਕੋਈ ਸਵਾਰਥ ਨਹੀਂ ਰੱਖਣਾ ਚਾਹੀਦਾ। ਹਰ ਪ੍ਰਕਾਰ, ਹਰ ਤਰੀਕੇ ਨਾਲ ਸਾਨੂੰ ਸਭ ਦੇ ਨਾਲ ਭਲਿਆਈ ਦੇ ਨਾਲ ਚੱਲਣਾ ਚਾਹੀਦਾ ਹੈ, ਸਭ ਦਾ ਭਲਾ ਕਰਨਾ ਚਾਹੀਦਾ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਵਚਨ ਕਹਿੰਦਾ ਹੈ ਕਿ ਆਪਣੇ ਗੁਆਂਢੀ ਨੂੰ ਵੀ ਆਪਣੇ ਜਿਹਾ ਪਿਆਰ ਕਰ। ਹਾਲੇਲੂਇਆ। ਸੋ ਮੇਰੇ ਪ੍ਰੀਓ, ਇਹ ਵਚਨ ਮੈਂ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਹਨਾਂ ਵਚਨਾਂ ਨੂੰ ਸੁਣਦੇ ਹੋ ਅਤੇ ਇਹ ਵਚਨਾਂ 'ਤੇ ਚੱਲਦੇ ਹੋ। ਸੋ ਅਸੀਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੰਨਾ ਪਿਆਰ ਸਾਨੂੰ ਕੀਤਾ ਕਿ ਉਹਨਾਂ ਨੇ ਇੱਕ ਇੱਕ ਲਹੂ ਦਾ ਕਤਰਾ ਸਾਡੇ ਲਈ ਵਹਾ ਦਿੱਤਾ। ਹਾਲੇਲੂਇਆ। ਆਈਏ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਵਰ ਦੇ ਅੱਗੇ ਕਿ ਸਾਡੇ ਅੰਦਰ ਉਹ ਇਹ ਪਿਆਰ ਭਾਵਨਾ ਹਮੇਸ਼ਾ ਬਣਾ ਕੇ ਰੱਖਣ। ਹਾਲੇਲੂਇਆ। ਧੰਨਵਾਦ ਪਿਤਾ ਪਰਮੇਸ਼ਵਰ, ਇਹ ਖੁਦਾਵੰਦ ਪਿਤਾ ਪਰਮੇਸ਼ਵਰ, ਅੱਜ ਜੋ ਵਚਨ ਤੁਸੀਂ ਸਾਨੂੰ ਦਿੱਤਾ ਹੈ ਪਿਤਾ ਪਰਮੇਸ਼ਵਰ, ਇਹ ਵਚਨ ਸਾਡੇ ਅੰਦਰ ਠਹਿਰੇ ਪਿਤਾ ਪਰਮੇਸ਼ਵਰ, ਅਸੀਂ ਪ੍ਰੇਮ ਦੇ ਨਾਲ ਚੱਲ ਸਕੀਏ, ਹਰ ਜਨ ਨੂੰ ਪ੍ਰੇਮ ਕਰ ਸਕੀਏ, ਨਿਰਸਵਾਰਥ ਪ੍ਰੇਮ ਭਾਵਨਾ ਲੈ ਕੇ ਤੇਰੀ ਹਜ਼ੂਰੀ ਵਿੱਚ ਆ ਸਕੀਏ ਪਿਤਾ ਪਰਮੇਸ਼ਵਰ। ਤੁਹਾਡਾ ਪਵਿੱਤਰ ਆਤਮਾ ਸਾਡੀ ਸਹਾਇਤਾ ਕਰੇ ਪਿਤਾ ਪਰਮੇਸ਼ਵਰ। ਹੇ ਖੁਦਾਵੰਦ, ਬੈਰੀ ਦੀ ਕੋਈ ਵਿਚਾਰ ਇਹਨਾਂ ਵਚਨਾਂ ਸਾਡੇ ਅੰਦਰੋਂ ਚੁਰਾ ਨਾ ਸਕੇ ਖੁਦਾਵੰਦ ਪਿਤਾ ਪਰਮੇਸ਼ਵਰ। ਪ੍ਰਭੂ ਯੇਸ਼ੂ ਦੇ ਸਮਰਥੀ ਨਾਮ ਵਿੱਚ ਮੰਗਦੇ ਹਾਂ ਅਤੇ ਪਾ ਲੈਂਦੇ ਹਾਂ। ਆਮੀਨ, ਆਮੀਨ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ।